ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਦੇ ਵਿੱਚ ਗਰਮੀ ਦਾ ਕਹਿਰ ਜ਼ਰੂਰ ਵੇਖਣ ਨੂੰ ਮਿਲ ਰਿਹਾ, ਲੇਕਿਨ ਚੰਡੀਗੜ੍ਹ ਨਗਰ ਨਿਗਮ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ। ਮਿਊਂਸੀਪਲ ਕਾਰਪੋਰੇਸ਼ਨ ਆਫ ਚੰਡੀਗੜ੍ਹ ਵੱਲੋਂ ਇੱਕ ਵੈਨ, ਇੱਕ ਪੂਰਾ ਟਰੱਕ, ਜੋ ਕਿ ਜਿੰਨੇ ਵੀ ਚੰਡੀਗੜ੍ਹ ਦੇ ਸੈਕਟਰਸ ਨੇ, ਦੋ ਤਿੰਨ ਗੱਡੀਆਂ ਲਾਈ ਹੋਈ ਹੈ, ਜੋ ਕਿ ਪੂਰੇ ਦਰਖਤ ਨੇ, ਹੋਰ ਜਿਹੜੀ ਚੀਜ਼ਾਂ ਨੇ, ਜਿੱਥੇ ਵੀ ਹਰੀ ਭਰੀ ਜਿਹੜੀ ਗ੍ਰੀਨਰੀ ਹੈ ਉੱਥੇ ਸਾਰਾ ਪਾਣੀ ਛਿੜਕਦੇ ਨਜ਼ਰ ਆ ਰਹੇ ਨੇ, ਤਾਂ ਕਿ ਥੋੜੀ ਠੰਡਕ ਜਿਹੜੀ ਆ ਉਹ ਮਿਲੇ ਤੇ ਲੋਕਾਂ ਨੂੰ ਵੀ ਥੋੜੀ ਰਾਹਤ ਹੋਵੇ, ਕਿਉਂਕਿ ਗਰਮੀ ਨਾਲ ਕਾਫੀ ਜਿਹੜੇ ਦਰਖਤ ਨੇ ਉਹ ਸੁੱਖ ਚੁੱਕੇ ਨੇ। ਔਰ ਇਹ ਬਹੁਤ ਵਧੀਆ ਜਿਹੜੀ ਚੀਜ਼ ਹੈ, ਤੁਸੀਂ ਤਸਵੀਰਾਂ ਵੇਖੋ ਕਿ ਇਹ ਪੂਰਾ ਮਿਊਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਇਹ ਵਾਟਰ ਸਪ੍ਰਿੰਕਲ ਐਂਟੀ ਸਮੋਗ ਗਨ ਹੈ, ਏਅਰ ਪੋਲਿਊਸ਼ਨ ਨੂੰ ਵੀ ਇਹ ਕੰਟਰੋਲ ਕਰਦੀ ਹੈ, ਏਅਰ ਕੁਆਲਿਟੀ ਇੰਡੈਕਸ ਨੂੰ ਵੀ ਇਹ ਵਧੀਆ ਜਿਹੜਾ ਇੰਪਰੂਵ ਕਰਦੀ ਹੈ, ਔਰ ਨਾਲ ਦੇ ਨਾਲ ਜਿੰਨੇ ਵੀ ਪੇੜ ਨੇ ਉਹਨਾਂ ਨੂੰ ਸਾਰਿਆਂ ਨੂੰ ਪਾਣੀ ਦਿੰਦੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਦਰਖਤ ਜਿਹੜਾ ਉਹ ਸੁੱਕੇ ਨਾ ਔਰ ਠੰਡਕ ਰਹੇ। ਇਹ ਮਿਊਂਸੀਪਲ ਕਾਰਪੋਰੇਸ਼ਨ ਦੇ MOH ਡਿਪਾਰਟਮੈਂਟ ਵੱਲੋਂ ਇਹ ਟਰੱਕ ਜਿਹੜੇ ਚੰਡੀਗੜ੍ਹ ਦੇ ਵਿੱਚ ਚੱਲ ਰਹੇ ਨੇ, ਕਰੀਬ 3 ਤੋਂ 4 ਇਹ ਟਰੱਕਸ ਨੇ, ਜੋ ਕਿ ਪੂਰਾ ਇਹ ਠੰਡਾ ਪਾਣੀ ਦਰਖਤਾਂ ਨੂੰ ਔਰ ਜਿਹੜੇ ਨੀਚੇ ਗ੍ਰੀਨਰੀ ਏਰੀਆ ਉੱਥੇ ਕਰਦੇ ਹੋਏ, ਔਰ ਏਅਰ ਕੁਆਲਿਟੀ ਇੰਡੈਕਸ ਵੀ ਇੰਪਰੂਵ ਹੋ ਰਿਹਾ, ਜਿਹਦੇ ਕਰਕੇ 2-3 ਚੀਜ਼ਾਂ ਇਹਦੇ ਵਿੱਚ ਲਾਈ ਗਈ ਹੈ। ਔਰ ਇਹ ਪ੍ਰੋਜੈਕਟ ਨਗਰ ਨਿਗਮ ਵੱਲੋਂ ਕੱਢਿਆ ਗਿਆ ਸੀਗਾ, ਔਰ ਇਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੈ। ਇੱਕ ਤਾਂ ਠੰਡਕ ਜ਼ਰੂਰ ਮਿਲੇਗੀ ਲੋਕਾਂ ਨੂੰ, ਗਰਮੀ ਤੋਂ ਜ਼ਰੂਰ ਰਾਹਤ ਮਿਲੇਗੀ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ, ਔਰ ਜਿੰਨੀ ਵੀ ਇਹ ਸਾਰੇ ਸੈਕਟਰਾਂ ਦੇ ਵਿੱਚ ਜਾ ਕੇ ਸਾਰਾ ਸਪਰੇਅ ਕਰ ਰਹੀ ਹੈ ਏਅਰ ਸਪ੍ਰਿੰਕਲ ਦੇ ਨਾਲ ਨਾਲ, ਜਿੰਨਾ ਵੀ ਜਿਹੜਾ ਪਾਣੀ ਹੈ ਔਰ ਜਿਹੜੀ ਪੂਰੀ ਛਿੜਕਾਵ ਕਰਦੀ ਨਜ਼ਰ ਆ ਰਹੀ ਹੈ। ਔਰ ਹਰ ਸੈਕਟਰ ਦੇ ਵਿੱਚ ਇੱਕ ਡਿਵਾਈਡ ਕੀਤਾ ਹੋਇਆ, ਸਵੇਰੇ 6 ਵਜੇ ਤੋਂ ਲੈ ਕੇ ਇਹ ਸ਼ਾਮ ਤੱਕ ਇਹ ਪੂਰਾ ਇਹ ਛਿੜਕਾਵ ਕਰੂਗੀ, ਜਿੰਨੇ ਵੀ ਦਰਖਤ ਨੇ, ਜਿੰਨੇ ਵੀ ਪੂਰਾ ਗ੍ਰੀਨਰੀ ਏਰੀਆ ਉੱਥੇ ਇਹ ਛਿੜਕਾਵ ਕਰੂਗੀ, ਔਰ ਮਕਸਦ ਇਹੀ ਹੈ ਕਿ ਗਰਮੀ ਤੋਂ ਰਾਹਤ ਮਿਲੇ ਔਰ ਗਰਮੀ ਦੇ ਰਾਹਤ ਦੇ ਨਾਲ ਜੋ ਏਅਰ ਕੁਆਲਿਟੀ ਇੰਡੈਕਸ ਹੈ ਉਹਦੇ ਵਿੱਚ ਵੀ ਇੰਪਰੂਵਮੈਂਟ ਕੀਤੇ ਜਾਵੇ। ਚੰਡੀਗੜ੍ਹ ਦੇ ਜਿੰਨੇ ਵੀ ਏਰੀਆ ਜਿੱਥੇ ਵੀ ਦਰਖਤ ਨੇ ਉਹਦੇ ਵਿੱਚ ਸਾਰਿਆਂ ਦੇ ਛਿੜਕਾਵ ਕੀਤਾ ਜਾ ਰਿਹਾ, ਔਰ ਗਰਮੀ ਤੋਂ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਰਾਹਤ ਦੀ ਕੋਸ਼ਿਸ਼, ਥੋੜੀ ਬਹੁਤ ਰਾਹਤ ਜੀ ਮਿਲ ਜਾਏ, ਕਿਉਂਕਿ ਟੈਂਪਰੇਚਰ ਹੀਟ ਵੇਵ ਬਹੁਤ ਜ਼ਿਆਦਾ, ਟੈਂਪਰੇਚਰ ਲਗਾਤਾਰ ਵੱਧਦਾ ਜਾ ਰਿਹਾ, ਜਿਸ ਕਰਕੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਹੋ ਰਹੀਆਂ। ਜਿਹੜੇ ਦਰਖਤ ਨੇ ਉਹ ਵੀ ਸੁੱਕਦੇ ਨਜ਼ਰ ਆ ਰਹੇ ਨੇ, ਕਿਉਂਕਿ ਬਹੁਤ ਜ਼ਿਆਦਾ ਟੈਂਪਰੇਚਰ ਲਗਾਤਾਰ ਵੱਧ ਰਿਹਾ। ਪੀਕ ਆਵਰਸ ਦੇ ਵਿੱਚ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ, ਔਰ ਇਹ ਛੋਟਾ ਜਿਹਾ ਉਪਰਾਲਾ MC ਵੱਲੋਂ ਕੀਤਾ ਗਿਆ, ਜਿਹਦੇ ਵਿੱਚ ਥੋੜੀ ਜਿਹੀ ਰਾਹਤ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ। ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਦੇ ਵਿੱਚ ਗਰਮੀ ਦਾ ਕਹਿਰ ਜ਼ਰੂਰ ਵੇਖਣ ਨੂੰ ਮਿਲ ਰਿਹਾ, ਲੇਕਿਨ ਚੰਡੀਗੜ੍ਹ ਨਗਰ ਨਿਗਮ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ। ਮਿਊਂਸੀਪਲ ਕਾਰਪੋਰੇਸ਼ਨ ਆਫ ਚੰਡੀਗੜ੍ਹ ਵੱਲੋਂ ਇੱਕ ਵੈਨ, ਇੱਕ ਪੂਰਾ ਟਰੱਕ, ਜੋ ਕਿ ਜਿੰਨੇ ਵੀ ਚੰਡੀਗੜ੍ਹ ਦੇ ਸੈਕਟਰਸ ਨੇ, 2-3 ਗੱਡੀਆਂ ਲਾਈ ਹੋਈ ਹੈ, ਜੋ ਕਿ ਪੂਰੇ ਦਰਖਤ ਨੇ, ਹੋਰ ਜਿਹੜੀ ਚੀਜ਼ਾਂ ਨੇ, ਜਿੱਥੇ ਵੀ ਹਰੀ ਭਰੀ ਜਿਹੜੀ ਗ੍ਰੀਨਰੀ ਹੈ ਉੱਥੇ ਸਾਰਾ ਪਾਣੀ ਛਿੜਕਦੇ ਨਜ਼ਰ ਆ ਰਹੇ ਨੇ, ਤਾਂ ਕਿ ਥੋੜੀ ਠੰਡਕ ਜਿਹੜੀ ਆ ਉਹ ਮਿਲੇ ਤੇ ਲੋਕਾਂ ਨੂੰ ਵੀ ਥੋੜੀ ਰਾਹਤ ਹੋਵੇ, ਕਿਉਂਕਿ ਗਰਮੀ ਨਾਲ ਕਾਫੀ ਜਿਹੜੇ ਦਰਖਤ ਨੇ ਉਹ ਸੁੱਕ ਚੁੱਕੇ ਨੇ। ਔਰ ਇਹ ਬਹੁਤ ਵਧੀਆ ਜਿਹੜੀ ਚੀਜ਼ ਹੈ, ਤੁਸੀਂ ਤਸਵੀਰਾਂ ਵੇਖੋ ਕਿ ਇਹ ਪੂਰਾ ਮਿਊਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਇਹ ਵਾਟਰ ਸਪ੍ਰਿੰਕਲ ਐਂਟੀ ਸਮੋਗ ਗਨ ਹੈ, ਏਅਰ ਪੋਲਿਊਸ਼ਨ ਨੂੰ ਵੀ ਇਹ ਕੰਟਰੋਲ ਕਰਦੀ ਹੈ, ਏਅਰ ਕੁਆਲਿਟੀ ਇੰਡੈਕਸ ਨੂੰ ਵੀ ਇਹ ਵਧੀਆ ਜਿਹੜਾ ਇੰਪਰੂਵ ਕਰਦੀ ਹੈ, ਔਰ ਨਾਲ ਦੇ ਨਾਲ ਜਿੰਨੇ ਵੀ ਪੇੜ ਨੇ ਉਹਨਾਂ ਨੂੰ ਸਾਰਿਆਂ ਨੂੰ ਪਾਣੀ ਦਿੰਦੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਦਰਖਤ ਜਿਹੜਾ ਉਹ ਸੁੱਕੇ ਨਾ ਔਰ ਠੰਡਕ ਰਹੇ। ਇਹ ਮਿਊਂਸੀਪਲ ਕਾਰਪੋਰੇਸ਼ਨ ਦੇ MOH ਡਿਪਾਰਟਮੈਂਟ ਵੱਲੋਂ ਇਹ ਟਰੱਕ ਜਿਹੜੇ ਚੰਡੀਗੜ੍ਹ ਦੇ ਵਿੱਚ ਚੱਲ ਰਹੇ ਨੇ, ਕਰੀਬ 3 ਤੋਂ 4 ਇਹ ਟਰੱਕਸ ਨੇ, ਜੋ ਕਿ ਪੂਰਾ ਇਹ ਠੰਡਾ ਪਾਣੀ ਦਰਖਤਾਂ ਨੂੰ ਔਰ ਜਿਹੜੇ ਨੀਚੇ ਗ੍ਰੀਨਰੀ ਏਰੀਆ ਉੱਥੇ ਕਰਦੇ ਹੋਏ, ਔਰ ਏਅਰ ਕੁਆਲਿਟੀ ਇੰਡੈਕਸ ਵੀ
ਇੰਪਰੂਵ ਹੋ ਰਿਹਾ, ਜਿਹਦੇ ਕਰਕੇ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਲਾਈ ਗਈ ਹੈ ਔਰ ਇਹ ਪ੍ਰੋਜੈਕਟ ਨਗਰ ਨਿਗਮ ਵੱਲੋਂ ਕੱਢਿਆ ਗਿਆ ਸੀਗਾ ਔਰ ਇਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੈ। ਇੱਕ ਤਾਂ ਠੰਡਕ ਜ਼ਰੂਰ ਮਿਲੇਗੀ ਲੋਕਾਂ ਨੂੰ, ਗਰਮੀ ਤੋਂ ਜ਼ਰੂਰ ਰਾਹਤ ਮਿਲੇਗੀ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਹੈ ਔਰ ਜਿੰਨੀ ਵੀ ਇਹ ਸਾਰੇ ਸੈਕਟਰਾਂ ਦੇ ਵਿੱਚ ਜਾ ਕੇ ਸਾਰਾ ਸਪਰੇਅ ਕਰ ਰਹੀ ਹੈ, ਏਅਰ ਸਪ੍ਰਿੰਕਲ ਦੇ ਨਾਲ ਨਾਲ ਜਿੰਨਾ ਵੀ ਜਿਹੜਾ ਪਾਣੀ ਹੈ ਔਰ ਜਿਹੜੀ ਪੂਰੀ ਛਿੜਕਾਵ ਕਰਦੀ ਨਜ਼ਰ ਆ ਰਹੀ ਹੈ ਔਰ ਹਰ ਸੈਕਟਰ ਦੇ ਵਿੱਚ ਇੱਕ ਡਿਵਾਈਡ ਕੀਤਾ ਹੋਇਆ ਸਵੇਰੇ 6 ਵਜੇ ਤੋਂ ਲੈ ਕੇ ਇਹ ਸ਼ਾਮ ਤੱਕ ਇਹ ਪੂਰਾ ਇਹ ਛਿੜਕਾਵ ਕਰੂਗੀ। ਜਿੰਨੇ ਵੀ ਦਰਖਤ ਨੇ, ਜਿੰਨੇ ਵੀ ਪੂਰਾ ਗ੍ਰੀਨਰੀ ਏਰੀਆ ਹੈ ਉੱਥੇ ਇਹ ਛਿੜਕਾਵ ਕਰੂਗੀ ਔਰ ਮਕਸਦ ਇਹੀ ਹੈ ਕਿ ਗਰਮੀ ਤੋਂ ਰਾਹਤ ਮਿਲੇ ਔਰ ਗਰਮੀ ਦੇ ਰਾਹਤ ਦੇ ਨਾਲ ਜੋ ਏਅਰ ਕੁਆਲਿਟੀ ਇੰਡੈਕਸ ਹੈ ਉਹਦੇ ਵਿੱਚ ਵੀ ਇੰਪਰੂਵਮੈਂਟ ਕੀਤੇ ਜਾਵੇ। ਚੰਡੀਗੜ੍ਹ ਦੇ ਜਿੰਨੇ ਵੀ ਏਰੀਆ ਜਿੱਥੇ ਵੀ ਦਰਖਤ ਨੇ ਉਹਦੇ ਵਿੱਚ ਸਾਰਿਆਂ ਦੇ ਛਿੜਕਾਵ ਕੀਤਾ ਜਾ ਰਿਹਾ ਔਰ ਗਰਮੀ ਤੋਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਰਾਹਤ ਦੀ ਕੋਸ਼ਿਸ਼ ਥੋੜੀ ਬਹੁਤ ਰਾਹਤ ਜੇ ਮਿਲ ਜਾਏ ਕਿਉਂਕਿ ਟੈਂਪਰੇਚਰ ਹੀਟ ਵੇਵ ਬਹੁਤ ਜ਼ਿਆਦਾ ਹੈ, ਟੈਂਪਰੇਚਰ ਲਗਾਤਾਰ ਵੱਧਦਾ ਜਾ ਰਿਹਾ ਜਿਸ ਕਰਕੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਹੋ ਰਹੀਆਂ। ਜਿਹੜੇ ਦਰਖਤ ਨੇ ਉਹ ਵੀ ਸੁੱਕਦੇ ਨਜ਼ਰ ਆ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਟੈਂਪਰੇਚਰ ਲਗਾਤਾਰ ਵੱਧ ਰਿਹਾ। ਪੀਕ ਆਵਰਸ ਦੇ ਵਿੱਚ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਔਰ ਇਹ ਛੋਟਾ ਜਿਹਾ ਉਪਰਾਲਾ MC ਵੱਲੋਂ ਕੀਤਾ ਗਿਆ ਜਿਹਦੇ ਵਿੱਚ ਥੋੜੀ ਜਿਹੀ ਰਾਹਤ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ।